ਬੇਲੀਓ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਅਤੇ ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ। ਇਸ ਟਾਈਮ ਮੈਂ ਮੌਜੂਦ ਹਾਂ ਲਾਹੌਰ ਸ਼ਹਿਰ ਦੇ ਸਭ ਤੋਂ ਮਸ਼ਹੂਰ ਬਾਜ਼ਾਰ ਅਨਾਰਕਲੀ ਬਾਜ਼ਾਰ 'ਚ ਨੀਲਾ ਗੁੰਬਦ ਦੇ ਨਾਲ ਮੈਂ ਖੜ੍ਹਾ ਵਾਂ। ਅਤੇ ਇੱਥੇ ਅੱਜ ਆਉਣ ਦਾ ਮਕਸਦ ਇਹ ਆ ਕਿ ਜਿਹੜਾ ਇੰਡੀਆ ਦੇ ਵਿੱਚ ਕਿਸਾਨਾਂ ਦਾ ਧਰਨਾ ਚੱਲਦਾ ਪਿਆ ਵਾ, ਜਿਹੜਾ ਫਾਰਮਰ ਪ੍ਰੋਟੈਸਟ ਹੋ ਰਿਹਾ ਬਹੁਤ ਵੱਡੇ ਪੈਮਾਨੇ 'ਤੇ ਇੰਡੀਆ 'ਚ, ਉਹਦੇ ਬਾਰੇ 'ਚ ਕਿ ਅਸੀਂ ਦੇਖੀਏ ਤਾਂ ਸਹੀ। ਸਾਨੂੰ ਤਾਂ ਚਲੋ ਪਤਾ ਰੌਲਾ ਪਾ ਰਹੇ ਹਾਂ ਕਿ ਸਾਡੇ ਪਾਕਿਸਤਾਨ ਦੀ ਆਵਾਮ ਜਿਹੜੀ ਹੈ, ਇੰਡੀਆ 'ਚ ਹਰ ਬੰਦੇ 'ਤੇ ਮੈਸੇਜ ਅੱਪੜ ਗਿਆ, ਸਭ ਨੂੰ ਪਤਾ ਲੱਗ ਗਿਆ, ਦੁਨੀਆ 'ਚ ਵੀ ਲੋਕਾਂ ਨੂੰ ਪਤਾ ਲੱਗ ਗਿਆ, ਸਿੱਖਾਂ ਨੂੰ ਵੀ, ਸਾਰਿਆਂ ਨੂੰ ਜਿੱਥੇ ਜਿੱਥੇ ਬੈਠੇ ਸੀ ਉਹਨਾਂ ਨੇ ਇਹਤਜਾਜ ਕੀਤੇ, ਇੰਡੀਆ 'ਚ ਵੀ ਪਤਾ। ਅਸੀਂ ਇਹ ਦੇਖਣਾ ਸੀ ਕਿ ਪਾਕਿਸਤਾਨੀ ਆਵਾਮ ਨੂੰ ਕੀ ਪਤਾ ਕਿ ਕਿਸਾਨ ਇਹਤਜਾਜ ਆ ਜਿਹੜਾ ਕੀ ਆ ਅਤੇ ਕੀ ਗੱਲ ਆ। ਹਾਂਜੀ, ਕੀ ਹਾਲ ਚਾਲ ਆ ਵੀਰ ਜੀ? ਠੀਕ ਠਾਕ ਅਲਹਮਦੁਲਿਲਾ। ਤੁਹਾਡਾ ਗੁਲਾਮ ਮੁਰਤਜ਼ਾ। ਅੱਛਾ, ਇਹ ਦੱਸੋ ਇੰਡੀਆ 'ਚ ਕਿਸਾਨਾਂ ਦਾ ਇੱਕ ਇਹਤਜਾਜ ਹੋ ਰਿਹਾ ਧਰਨਾ, ਉਹਦੇ ਬਾਰੇ 'ਚ ਕੁਛ ਪਤਾ ਤੁਹਾਨੂੰ? ਸਰ, ਇਹੀ ਪਤਾ ਕਿ ਕੋਈ ਇਹਨਾਂ ਨੇ ਐਕਟ ਵਗੈਰਾ ਕੱਢਿਆ ਜਿਹਦੇ 'ਚ ਇਨਵੋਲਵ ਨਹੀਂ ਹੋਣਗੇ ਸਰਕਾਰੀ ਅਦਾਰਾ ਵਗੈਰਾ ਕੋਈ ਵੀ, ਅਤੇ ਉਹਨਾਂ ਦੇ ਕਾਫੀ ਉਹਨਾਂ ਨੂੰ ਲੋਸ ਵਗੈਰਾ ਹੋਣਾ, ਇਸੇ ਵਜ੍ਹਾ ਤੋਂ ਮੇਰੇ ਖਿਆਲ ਨਾਲ ਉਹਨਾਂ ਨੇ ਨਾ ਇਹਤਜਾਜ ਵਗੈਰਾ ਕਰ ਦੇਵੇ। ਹੁਣ ਇਹ ਵੀ ਪਤਾ ਚੱਲਿਆ ਕਿ ਇਸ ਟਾਈਮ ਬੈਠੇ ਨੇ ਦਿੱਲੀ ਦੇ ਵਿੱਚ ਅਤੇ ਲੱਖਾਂ ਦੇ ਹਿਸਾਬ ਨਾਲ ਬੈਠੇ ਨੇ ਉੱਥੇ ਇਹਤਜਾਜ ਲੈ ਕੇ, ਅਤੇ ਬਕਾਇਆ ਤੁਹਾਡੇ ਸਾਹਮਣੇ ਹੀ ਤੁਹਾਨੂੰ ਵੀ। ਅਤੇ ਤੁਹਾਡਾ ਉਹਨਾਂ ਦੇ ਬਾਰੇ 'ਚ ਕੀ ਤੁਹਾਡੀਆਂ ਨੇਕਤਮੰਦਾਂ ਵਾ ਉਹਨਾਂ ਲਈ? ਸਰ, ਅਸੀਂ ਤਾਂ ਦੁਆਈ ਕਰ ਸਕਦੇ ਉਹਨਾਂ ਵਾਸਤੇ ਕਿ ਜੋ ਉਹਨਾਂ ਦਾ ਹੱਕ ਹੈਗਾ ਉਹ ਉਹਨਾਂ ਨੂੰ ਮਿਲੇ। ਅੱਛਾ, ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ। ਕੀ ਨਾਂ ਤੁਹਾਡਾ? ਲਿਆਕਤ ਅਲੀ। ਅੱਛਾ, ਇਹ ਦੱਸੋ ਇੰਡੀਆ 'ਚ ਇੱਕ ਧਰਨਾ ਹੋ ਰਿਹਾ ਕਿਸਾਨਾਂ ਦਾ, ਉਹਦੇ ਬਾਰੇ 'ਚ ਕੁਛ ਪਤਾ ਤੁਹਾਨੂੰ? ਹਾਂਜੀ, ਪਤਾ ਹੈ ਜੀ। ਕੀ ਪਤਾ ਦੱਸੋ? ਉਹ ਧਰਨਾ ਜਿਹੜਾ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਨਹੀਂ ਮਿਲਦਾ ਪਿਆ, ਇਸ ਵਾਸਤੇ ਉਹ ਬੈਠੇ ਹੋਏ ਨੇ। ਔਰ ਸਾਡੀ ਅੱਲਾਹ ਅੱਗੇ ਦਰਖਾਸਤ ਹੈ, ਦੁਆ ਹੈ ਕਿ ਉਹਨਾਂ ਵਾਸਤੇ ਜੋ ਬਿਹਤਰ ਹੈ ਉਹਨਾਂ ਨੂੰ ਮਿਲੇ। ਔਰ ਮੋਦੀ ਦੇ ਅਤੇ ਐਸਾ ਸ਼ਖਸ ਹੈ ਕਿ ਉਹਦੇ ਬਾਰੇ ਤਾਂ ਕੁਛ ਵੀ ਨਹੀਂ ਕਿਹਾ ਜਾ ਸਕਦਾ, ਉਹ ਐਸਾ ਗੰਦਾ ਇਨਸਾਨ ਹੈ। ਉਹਨੇ ਪੂਰੇ ਮੁਲਕ ਦੇ ਨਿਜ਼ਾਮ ਨੂੰ, ਉਹਦੇ ਸਿਸਟਮ ਨੂੰ, ਖਾਸ ਤੌਰ 'ਤੇ ਆਪਣੇ ਮੁਲਕ ਨੂੰ ਬਹੁਤ ਹੀ ਖਰਾਬ ਕੀਤਾ ਹੋਇਆ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਜਿਹੜੇ ਹਕੂਕ ਨੇ ਕਿਸਾਨ ਦੇ ਉਹਨਾਂ ਨੂੰ ਮਿਲਣ। ਕੀ ਇਹ ਇੰਡੀਆ ਦੇ ਵਿੱਚ ਇੱਕ ਅੱਜ ਕੱਲ੍ਹ ਇਹਤਜਾਜ ਹੋ ਰਿਹਾ ਕਿਸਾਨਾਂ ਦਾ, ਪਤਾ ਕੁਛ ਤੁਹਾਨੂੰ ਉਹਦੇ ਬਾਰੇ? ਕਿੱਥੇ ਇੰਡੀਆ ਜੀ? ਹਾਂਜੀ, ਇੰਡੀਆ ਕਿਸਾਨ ਬਿਲਕੁਲ ਹੱਕ 'ਤੇ, ਮੋਦੀ ਬਹੁਤ ਜ਼ਿਆਦਾ ਕਰ ਰਹੇ ਉਹਨਾਂ ਸਾਥ, ਹੋਣਾ ਚਾਹੀਏ ਉਨ੍ਹਾਂ ਹੱਕ, ਹੋਣਾ ਚਾਹੀਏ, ਮਿਲਣਾ ਚਾਹੀਏ ਉਨ੍ਹਾਂ ਬਿਲਕੁਲ ਹੱਕ। ਚਲੋ ਜੀ, ਅੱਜ ਸੁਣ ਲਿਆ ਜੀ, ਇੱਥੇ ਜਿਹਦੇ ਕੋਲੋਂ ਵੀ ਪੁੱਛ ਰਿਹਾ ਉਹ ਇਹੀ ਗੱਲ ਕਰ ਰਿਹਾ। ਅੱਛਾ ਜੀ, ਤੁਸੀਂ ਦੱਸੋ ਜੀ ਕੀ ਨਾਂ ਜੀ ਤੁਹਾਡਾ? ਮੁਹੰਮਦ ਅਸਕਰ ਭੱਟੀ। ਅੱਛਾ ਭੱਟੀ ਸਾਹਿਬ, ਇਹ ਦੱਸੋ ਇੰਡੀਆ 'ਚ ਇੱਕ ਇਹਤਜਾਜ ਹੋ ਰਿਹਾ ਕਿਸਾਨਾਂ ਦਾ, ਪਤਾ ਉਹਦੇ ਬਾਰੇ? ਉਹ ਪਿੱਛੇ ਜਿਹਾ ਖਬਰਾਂ ਸੁਣਿਆ ਜੀ ਕਿ ਜਿਹੜਾ ਮੋਦੀ ਸਾਹਿਬ ਨੇ ਉਹ ਲੋਕਾਂ ਨੂੰ ਬੜਾ ਜ਼ਲੀਲ ਕੀਤੀ ਖੜੇ ਨੇ, ਸਿੱਖ ਜਿਹੜੇ ਨੇ ਉਹ ਵੀ ਪਰੇਸ਼ਾਨ ਹੋ ਗਏ ਨੇ, ਮੁਸਲਮਾਨ ਨੇ ਉਹ ਵੀ ਪਰੇਸ਼ਾਨ ਹੋ ਗਏ ਨੇ, ਉਹ ਕਹਿੰਦੇ ਨੇ ਸਾਡਾ ਜੀਣਾ ਹੀ ਔਖਾ ਕਰ ਦਿੱਤਾ ਨੇ ਮੋਦੀ ਸਾਹਿਬ ਨੇ। ਮੋਦੀ ਨੂੰ ਕੋਈ ਮੈਸੇਜ ਦਿਓਗੇ? ਨਹੀਂ, ਮੋਦੀ ਸਾਹਿਬ ਨੂੰ ਇਹ ਕਹਿਣਾ ਕਿ ਤੇਰੇ 'ਤੇ ਖੁਦਾ ਦੀ ਲਾਹਨਤ ਹੀ ਹੋ ਰਹੀ, ਅਸੀਂ ਉਹਨੂੰ ਮੈਸੇਜ ਕੋਈ ਨਹੀਂ ਦੇਣਾ ਚਾਹੁੰਦੇ। ਅਸੀਂ ਉਹਨੂੰ ਕਹਿੰਦੇ ਕਿ ਇਨਸਾਨ ਅਤੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ, ਬਾਕੀ ਦੀਨ ਵਜਬ ਜਿਹੜਾ ਉਹ ਇੱਕ ਸਾਈਡ 'ਤੇ, ਇਨਸਾਨੀਅਤ ਹੈ ਨਾ, ਹਰ ਬੰਦੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਇਸਾਈ ਹੈ, ਆਖਰ ਹੈ ਤਾਂ ਇਨਸਾਨ ਹੈ ਨਾ। ਹੂੰ, ਅਤੇ ਬਾਕੀ ਇਹ ਕਿ ਜੇ ਮੋਦੀ ਸਾਹਿਬ ਕਿਸੇ ਇਨਸਾਨ ਦਾ ਬੱਚਾ ਹੋਵੇ ਨਾ ਅਤੇ ਇਨਸਾਨ ਹੈ, ਇਹਨੂੰ ਮੰਨਣਾ ਕੋਈ ਨਹੀਂ ਹੈਗਾ, ਇਹਨੂੰ ਕੁਰਾਨ ਪਾਕ ਪੜ੍ਹ ਕੇ ਵੇਖੇ, ਇਨਸਾਨ ਦੀ ਅੱਲਾਹ ਤਾਲਾ ਨੇ ਸਭ ਤੋਂ ਵੱਡਾ ਇਨਸਾਨ ਨੂੰ ਅਫਸਲ ਬਣਾਇਆ, ਜੋ ਇਨਸਾਨ ਦੀ ਕਦਰ ਕਰਦਾ ਨਾ ਉਹ ਸਭ ਤੋਂ ਅਫਸਲ ਹੁੰਦਾ ਹੈ। ਅੱਲਾਹ ਤਾਲਾ ਵੀ ਉਹਨੂੰ ਕਹਿੰਦਾ ਕਿ ਜਿਹੜਾ ਮੇਰੇ ਭੁੱਖੇ ਇਨਸਾਨ ਨੂੰ ਇੱਕ ਵਾਰੀ ਰੋਟੀ ਖਵਾਇਆ, ਮੈਂ ਪਿਛਲੀ ਸਭ ਤੋਂ ਚੁੱਕ ਕੇ ਅਗਲੀ ਸਾਈਡ ਦੇ 'ਤੇ ਕੰਜਰ ਹਰ ਇੱਕ ਬੰਦੇ ਨੂੰ ਜ਼ਲੀਲ ਕੀਤੀ ਖਲਾ, ਲਾਹਨਤੀ ਹੈ, ਇਹ ਲਾਹਨਤੀ ਹੈ। ਇੰਡੀਆ 'ਚ ਧਰਨਾ ਜਾ ਰਹੀ ਹੈ ਕਿਸਾਨਾਂ ਦਾ ਦਿੱਲੀ ਦੇ ਵਿੱਚ ਸਿੱਖਾਂ ਦਾ, ਉਹਦੇ ਬਾਰੇ 'ਚ ਕੁਛ? ਸਰ, ਮੈਨੂੰ ਸ਼ੌਕ ਹੀ ਨਹੀਂ ਹੈਗਾ ਜੇ, ਨਾ ਮੈਂ ਟੀ ਵੀ ਵੇਖਣਾ ਅਤੇ ਨਾ ਮੈਂ ਸਿਆਸਤ ਦੇ ਵਿੱਚ ਦਿਲਚਸਪੀ ਲੈਂਦਾ। ਅਸੀਂ ਜੀ ਨਨਕਾਣਾ ਸਾਹਿਬ ਤੋਂ। ਅੱਛਾ, ਨਨਕਾਣਾ ਸਾਹਿਬ ਤੋਂ ਆਏ ਹੋ, ਬਾਬੇ ਨਾਨਕ ਦੀ ਧਰਤੀ ਤੋਂ? ਹਾਂਜੀ। ਅੱਛਾ ਅੱਛਾ, ਇਹ ਦੱਸੋ ਕਿ ਤੁਸੀਂ ਵੀ ਨਨਕਾਣੇ ਆਏ ਹੋ ਅਤੇ ਬਾਬੇ ਨਾਨਕ ਦੇ ਮੰਨਣ ਵਾਲਿਆਂ ਨਾਲ ਇੰਡੀਆ 'ਚ ਅੱਜ ਕੱਲ੍ਹ ਬੜਾ ਧਰੋਹ ਹੋ ਰਿਹਾ, ਦਿੱਲੀ ਦੇ ਵਿੱਚ ਧਰਨਾ ਦੇ ਕੇ ਬੈਠੇ, ਕੁਛ ਪਤਾ ਉਹਦੇ ਬਾਰੇ? ਦਿੱਲੀ 'ਚ ਜਿਹੜਾ ਧਰਨਾ ਦੇ ਕੇ ਬੈਠੇ ਆ ਕਿਸਾਨ, ਉਹਦੇ ਬਾਰੇ 'ਚ ਕੁਛ ਪਤਾ? ਹਾਂਜੀ। ਕੀ ਪਤਾ? ਛੋਟਾ ਮੋਟਾ
ਸੁਣਨ 'ਚ ਹੀ ਆਇਆ ਜੀ, ਉੱਥੇ ਜਿਹੜਾ ਨਾ ਕਿਸਾਨ ਸਾਰੇ ਬੈਠੇ ਨੇ ਧਰਨਾ ਦੇ ਕੇ। ਦੱਸੋ ਇੰਡੀਆ ਦੇ ਵਿੱਚ ਧਰਨਾ ਜਾਰੀ ਹੈ ਕਿਸਾਨਾਂ ਦਾ ਦਿੱਲੀ 'ਚ, ਉਹਦੇ ਬਾਰੇ 'ਚ ਕੁਛ ਪਤਾ? ਹਾਂਜੀ ਬਿਲਕੁਲ ਪਤਾ ਜੀ, ਥੋੜ੍ਹਾ ਥੋੜ੍ਹਾ। ਦੱਸੋ ਕੀ ਪਤਾ? ਕਿ ਉਹ ਇੰਡੀਆ ਕੀ ਕਹਿੰਦੇ ਨੇ ਮੋਦੀ ਸਰਕਾਰ ਉਹਦੀਆਂ ਦੀ ਗੱਲ ਨਹੀਂ ਮੰਨ ਰਹੀ, ਠੀਕ ਹੈ, ਇਸ ਕਰਕੇ ਉਹਨਾਂ ਨੇ ਧਰਨਾ ਦਿੱਤਾ ਔਰ ਚੰਗਾ ਕੀਤਾ ਹੋਇਆ। ਸਿੱਖਾਂ ਦੇ ਸਾਡੇ ਭਰਾ ਨੇ ਜੀ, ਉਹ ਸਾਡੇ ਭਰਾ ਨੇ। ਲੱਖਾਂ ਕਿਸਾਨ ਉੱਥੇ ਧਰਨਾ ਦੇ ਕੇ ਬੈਠੇ ਨੇ ਇੰਡੀਆ 'ਚ, ਲੇਕਿਨ ਜਿਹੜਾ ਮੋਦੀ ਸਰਕਾਰ ਨਹੀਂ ਸੁਣ ਰਹੀ, ਉਹਨਾਂ ਦੀ ਕੋਈ ਅਪੀਲ ਨਹੀਂ ਸੁਣ ਰਹੀ, ਨਾ ਵੀ ਉਹਨਾਂ ਦੀ ਜੋ ਮੰਗਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ, ਨਾ ਕੋਈ ਉਹਨਾਂ ਦੇ ਸਿਹਤ 'ਤੇ ਅਸਰ ਹੋ ਰਿਹਾ, ਯਾਨੀ ਕਿ ਆਵਾਮ ਨੂੰ ਰਿਲੀਫ ਦਿੱਤਾ ਜਾਏ, ਇਸ ਬਾਰੇ ਇਤਜਾਜ ਕਰ ਰਹੇ ਨੇ ਉਹ। ਅੱਛਾ, ਜਦੋਂ ਮੈਂ ਸ਼ੁਰੂ ਕੀਤਾ ਕਿ ਇੱਥੇ ਗੱਲਬਾਤ, ਮੇਰਾ ਜ਼ਾਤੀ ਖਿਆਲ ਇਹ ਸੀਗਾ ਕਿ ਆਮ ਲੋਕਾਂ ਨੂੰ ਸ਼ਾਇਦ ਇੰਨਾ ਨਹੀਂ ਪਤਾ ਹੋਣਾ ਕਿ ਦਿੱਲੀ 'ਚ ਕੀ ਹੋ ਰਿਹਾ, ਪਰ ਬਹਰਹਾਲ ਇਹ ਖੁਸ਼ੀ ਵਾਲੀ ਗੱਲ ਆ ਕਿ ਇੱਥੇ ਤਕਰੀਬਨ 90% ਲੋਕਾਂ ਨੂੰ ਪਤਾ ਵਾ ਕਿ ਉੱਥੇ ਧਰਨਾ ਜਾਰੀ ਆ ਦਿੱਲੀ ਦੇ ਵਿੱਚ, ਕਿਸਾਨ ਬੈਠੇ ਆ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਬੰਦਾ ਇਸ ਦੀ ਖਾਹਿਸ਼ ਆ ਕਿ ਇਹ ਜਿਹੜਾ ਧਰਨਾ ਹੈ ਕਾਮਯਾਬ ਹੋਵੇ, ਇਹਨਾਂ ਦੀ ਮੰਗ ਪੂਰੀ ਹੋਵੇ, ਔਰ ਖਾਸ ਕਰ ਕਿਉਂਕਿ ਸਿੱਖਾਂ ਦੇ ਨਾਲ ਉਦੋਂ ਹੀ ਪਾਕਿਸਤਾਨੀਆਂ ਦੀਆਂ ਪੰਜਾਬੀ ਹੋਣ ਦੇ ਕਾਰਨ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਮੁਹੱਬਤ ਆ, ਇਸ ਲਈ ਇਹਨਾਂ ਦੀ ਖਾਹਿਸ਼ ਆ ਕਿ ਉਹ ਸਾਰੇ ਜਿਹੜੇ ਸਿੱਖ ਉੱਥੋਂ ਫਤਿਹਯਾਬ ਹੋ ਕੇ ਹੀ ਆਉਣ। ਅਤੇ ਦੂਜੀ ਗੱਲ ਜਿਹੜੀ ਕਿ ਪਤਾ ਸਾਰਿਆਂ ਨੂੰ ਇੱਥੇ, ਹਰ ਕਿਸੇ ਨੂੰ ਥੋੜ੍ਹਾ ਪਤਾ, ਕਿਸੇ ਨੂੰ ਬਹੁਤਾ ਪਤਾ, ਬਹਰਹਾਲ ਪਤਾ ਹੈ ਕਿ ਉੱਥੇ ਕੀ ਹੋ ਰਿਹਾ ਅਤੇ ਕਿਸ ਕਾਰਨ ਧਰਨਾ ਦੇ ਕੇ ਬੈਠੇ ਆ।